ਮਾਸ਼ਾਅੱਲਾ ਅੱਛੀ ਪੈਦਾਵਾਰ ਹੈ ਇੱਥੇ, ਠੀਕ ਹੈ। ਸੇਬ ਵਾਲਾ ਰਕਬਾ ਜੋ ਹੈ ਇੱਥੇ, ਇੱਥੇ ਅੱਛੀ ਪੈਦਾਵਾਰ ਵੀ ਹੈ ਤੁਹਾਡੇ, ਠੀਕ ਹੈ। ਅਸਾਂ ਚੰਗੀ ਪੈਦਾਵਾਰ ਵੀ ਗਿਣਦੇ ਖੜੇ ਹਾਂ, ਸਾਰਾ ਕੁਝ ਕਰੇਂਦੇ ਖੜੇ ਹੈ, ਠੀਕ ਹੈ। ਅਸਾਂ ਲੇਕਿਨ ਜ਼ਿਆਦਾਤਰ ਆਪਣਾ ਜ਼ਿਹਨ ਜਿਹੜਾ ਇਹ ਇੱਥੇ ਹੀ ਰੱਖਾ ਹੋਏ ਕਿ ਯਾਰ ਸਾਡਾ ਜਿਹੜਾ 90 ਮਾਣਾ ਦਾ ਪੇ, 100 ਮਾਣਾ ਦਾ ਪੇ ਨਾ ਇੱਥੇ ਹੀ ਰਹੇ। ਬੁਰਾ ਨਹੀਂ ਮੰਨਣਾ, ਮੈਂ ਤੁਹਾਡਾ ਬਾਲ ਹਾਂ ਬੇਸ਼ੱਕ, ਮੈਂ ਤੁਹਾਡੇ ਕੋਲੋਂ ਘੱਟ ਹੀ ਤਜਰਬਾ ਕੀਤੀ ਕਰਾਂ ਤੁਸਾਂ, ਕਿਉਂਕਿ ਤੁਸਾਂ ਰਾਨੀ ਖੇਤਾਂ ਦੇ ਵਿੱਚ 24 ਘੰਟੇ ਤੁਹਾਡਾ ਹੀ ਆ ਕੰਮ। ਲੇਕਿਨ ਜਿਹੜੀ ਮੈਂ ਗੱਲ ਕਰੇਦਾ ਪਈ ਹਾਂ, ਇੱਕ ਟੈਕਨੀਕਲ ਗੱਲ ਕਰੇਦਾ ਪਈ ਹਾਂ ਕਿ ਦੁਨੀਆ ਜਿੱਥਾਂ ਪੁੱਜ ਗਈ ਅਸਾਂ ਉੱਥਾਂ ਕਹਿ ਨਹੀਂ ਪੁੱਜਦੇ ਖੜੇ। ਸਹੀ ਗੱਲ ਹੈ ਜਾਂ ਗਲਤ ਗੱਲ ਹੈ? ਹੁਣ ਜੇ ਤੁਸੀਂ ਚਲੇ ਵੰਦੇ ਤਾਂ ਚਾਈਨਾ ਵਾਲੀ ਸਾਈਡ 'ਤੇ, ਅਤੇ ਚਾਈਨਾ ਦੇ ਵਿੱਚ ਖੱਟ ਨਹੀਂ ਅਤੇ 200 ਮਣ ਤੱਕ ਪੈਦਾਵਾਰ ਲੋਕ ਚਿਹਦੇ ਖੜੇ ਚਾਵਲ ਦੀ। ਅਗਰ ਤੁਸੀਂ ਚਲੇ ਵੰਜੋ ਅੱਪਰ ਪੰਜਾਬ ਵਾਲੀ ਸਾਈਡ 'ਤੇ, ਅੱਪਰ ਪੰਜਾਬ ਦੇ ਵਿੱਚ ਖੱਟ ਨਹੀਂ ਅਤੇ 110, 120, 130 ਤੱਕ ਵੀ ਪੁੱਜਦੀ ਹਵਾ। ਅਗਰ ਤੁਹਾਡਾ ਕੋਈ ਰਿਸ਼ਤੇਦਾਰ ਬੈਠਾ ਹੋਵੇ ਨਾ ਅੱਪਰ ਪੰਜਾਬ 'ਤੇ, ਇਹਦੇ ਚਲੇ ਵੰਜੋ ਤੁਸੀਂ ਲਾਹੌਰ ਵਾਲੀ ਸਾਈਡ 'ਤੇ, ਸਿਆਲਕੋਟ ਵਾਲੀ ਸਾਈਡ 'ਤੇ, ਅਤੇ ਹੀ ਸਾਈਡ ਦੇ ਉੱਤੇ ਲੋਕ ਜਿਹੜੇ ਚਾਵਲ ਕਾਸ਼ ਕਰੇਦੇ ਪਏ, ਅੱਛੀ ਪੈਦਾਵਾਰ ਗਿਣਦੇ ਖੜੇ, ਠੀਕ ਹੈ। ਅੱਛਾ, ਸਾਡਾ ਅਸਲ ਇੱਥੇ ਆਵਣ ਦਾ ਜਿਹੜਾ ਮਕਸਦ ਹੁੰਦੇ ਨਾ, ਅਸਾਂ ਆਪਣੇ ਪ੍ਰੋਡਕਟ ਤਾਂ ਦੱਸਣੇ ਹੀ ਦੱਸਣੇ, ਤੁਸਾਂ ਤਾਂ ਯੂਜ਼ ਕਰੇਦੇ ਖੜੇ ਆਲਰੇਡੀ, ਠੀਕ ਹੈ। ਤੁਹਾਡੇ ਘਰ ਆ ਕੇ ਫੀਲਡ ਅਫੀਸਰ ਵੀ ਆ ਕੇ ਤੁਹਾਨੂੰ ਮਸ਼ਵਰਾ ਦੇ ਦੇਵੋ, ਤੁਹਾਨੂੰ ਸਮਝ ਆਵੇ, ਠੀਕ ਹੈ। ਲੇਕਿਨ ਇਤਨਾ ਕੱਚ ਕਰਨ ਦਾ, ਇਤਨਾ ਮਜਮਾ ਇਕੱਠਾ ਕਰਨ ਦਾ ਅਸਲ ਸਾਡਾ ਮਕਸਦ ਇਹ ਹੁੰਦੇ ਕਿ ਸਾਡੇ ਜ਼ਮੀਨਦਾਰ ਨੂੰ ਫਸਲ ਦੇ ਵਿੱਚ ਨੁਕਸਾਨ ਨਾ ਕੀਤਾ। ਅਗਰ ਹੁੰਦੇ ਜ਼ਿਹਨ ਦੇ ਵਿੱਚ ਕੋਈ ਗੱਲ ਕਹਿ ਨਹੀਂ, ਉਹਨੂੰ ਕਈ ਗੱਲ ਦਾ ਕਹਿ ਨਹੀਂ ਪਤਾ, ਕਿਉਂਕਿ ਜ਼ਿਆਦਾਤਰ ਸਾਡਾ ਕਿੱਤਾ ਜਿਹੜਾ ਇਹ ਪੁਰਾਣੇ ਦੌਰਾਂ ਦੇ ਵਿੱਚ ਪੜ੍ਹਾਈ ਤਾਂ ਨਹੀਂ ਕਹਿਣਾ, ਠੀਕ ਹੈ। ਜ਼ਿਆਦਾਤਰ ਕਿੱਤੇ ਦੇ ਵਿੱਚ ਲੋਕ ਅਨਪੜ੍ਹ ਹੈ, ਜਿਹਨਾਂ ਨੂੰ ਅਸਲ ਚ ਸ਼ਹਿਰਾਂ ਦਾ ਨਾਮ ਵੀ ਕਹਿ ਨਹੀਂ ਪਤਾ, ਠੀਕ ਹੈ। ਅਸਾਂ ਕਈ ਦਵਾਈ ਕੋਈ ਗਿਣਨ ਵੇਦੇ ਹਾਂ, ਚਾਹ ਕਈ ਸ਼ਾਇਦ ਹੀ ਆਵੇ, ਸਿੱਧੀ ਗੱਲ, ਠੀਕ ਹੈ। ਆ ਸਾਡਾ ਜਿਹੜਾ ਇੱਥੇ ਆਵਣ ਦਾ ਮਕਸਦ ਹੁੰਦੇ, ਤੁਹਾਨੂੰ ਪ੍ਰੋਡਕਟਾਂ ਦੇ ਬਾਰੇ 'ਚ ਦੱਸਣ ਦਾ, ਤੁਹਾਨੂੰ ਦਵਾਈਆਂ ਦੇ ਬਾਰੇ ਦੱਸਣ ਦਾ, ਤੁਹਾਨੂੰ ਤਰੀਕੇਕਾਰ ਸਮਝਾਵਣ ਦਾ ਰਾਸਤੇ ਤਾਂ ਇੱਥੇ ਆ ਕਰਦੇ ਹਾਂ ਕਿ ਤੁਸਾਂ ਆਪਣੀ ਫਸਲ ਵਿੱਚ ਕਿਆ ਕਿਹੜੇ ਤਰੀਕੇ ਨਾਲ ਕਾਸ਼ਤਕਾਰੀ ਅੱਛੀ ਕਰ ਸਕਦੇ ਅਤੇ ਅੱਛੀ ਪੈਦਾਵਾਰ ਦੇ ਸਕਦੇ, ਠੀਕ ਹੈ। ਉਸ ਤੋਂ ਬਾਅਦ ਇਹ ਵਿਆਲ ਗਰੁੱਪ ਦੇ ਪਲੇਟਫਾਰਮ 'ਤੇ ਤੁਹਾਨੂੰ ਮੁਹੱਈਆ ਕੀਤੇ ਹੋਏ ਨੇ ਚਾਵਲ ਦੇ ਅੱਛੇ ਬੀਜ, ਜਿਨ੍ਹਾਂ ਦਾ ਅੱਛਾ ਝਾੜ ਵੀ ਬਣ ਸੀ, ਦਾਣੇਦਾਰ ਚਾਵਲ, ਜਾਣੀ ਕਿ ਅੱਛਾ ਦਾਣਾ, ਚਮਕਦਾਰ ਦਾਣਾ ਸੀ ਜੀ, ਠੀਕ ਹੈ। ਇਹ ਤੁਹਾਡੇ ਸਾਹਮਣੇ ਪਏ ਚਾਵਲ, ਇਹਦੀਆਂ 3-4 ਵਰਾਇਟੀਆਂ ਤੁਹਾਡੇ ਇਲਾਕੇ ਦੇ ਵਿੱਚ ਕਾਸ਼ ਕੀਤੀਆਂ ਪਈਆਂ, ਠੀਕ ਹੈ। ਉਹ ਤੋਂ ਬਾਅਦ ਇਹ ਚਾਵਲ ਦੇ ਬਾਰੇ ਤੁਹਾਨੂੰ ਡਿਸੀਜ਼ਨ ਸਾਡੇ ਇੱਥੇ ਅਫਸਰ ਮੌਜੂਦ ਹੈ, ਯਾਨੀ ਕਿ ਸੀਨੀਅਰ ਸਾਡੇ ਮੌਜੂਦ ਹੈ, ਉਹਨਾਂ ਕੋਲ ਮੈਂ ਦਾਅਵਤ ਦੇਣਾ ਤੁਹਾਡੀ ਖੂਬਸੂਰਤ ਤਾਲੀਆਂ ਦੀ ਆਵਾਜ਼ ਦੇ ਵਿੱਚ ਕਿ ਉਹ ਆਵਣ ਆ ਕੇ ਤੁਹਾਨੂੰ ਬਕਾਇਦਾ ਚਾਵਲ ਦੇ ਬਾਰੇ ਵਿੱਚ। ਬਹੁਤ ਧੰਨਵਾਦ। ਫਸਲ ਦਾ ਵੀ ਤਕਰੀਬਨ ਐਂਡ ਥਿਆ ਵਧੇ, ਕਾਸ਼ਤਕਾਰੀ ਵੀ ਕਰਨੀ ਹੈ ਤੇ ਬਾਕੀ ਮਾਮਲਾਤ ਕੋ ਵੀ ਟਾਈਮ ਦੇਣਾ ਹੁੰਦਾ, ਤਕਰੀਬਨ ਹਰ ਬੰਦਾ ਆਪਣੀ ਮਸਰੂਫੀਅਤ ਚ ਆਪਣੀ ਜ਼ਿੰਦਗੀ ਚ ਹੀ ਮਗਨ ਹੁੰਦੇ, ਟਾਈਮ ਕੱਢਣ ਦਾ ਮਸਲਾ ਹੁੰਦਾ ਕਈ ਵੀ ਬੰਦੇ ਖਾਤੇ। ਇੱਕ ਦਫ਼ਾ ਵਾਲਾ ਵੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਆਪਣਾ ਟਾਈਮ ਕੱਢਦੇ ਆ, ਅੱਜ ਦੀ ਮਸਰੂਫੀਅਤ 'ਚ ਸਾ ਕੋ ਟਾਈਮ ਦਿੱਤੇ। ਅਤੇ ਮੈਂ ਆਪਣਾ ਸਭ ਤੋਂ ਪਹਿਲੇ ਤਾਰਫ ਕਰਵਾਉਣਾ ਜੋ ਸਾ, ਮੇਰਾ ਨਾਮ ਜ਼ਹਿਦ ਅਬਾਸ ਹੈ ਸੀ, ਮੈਂ ਐਗ ਫਾਰਮਾ ਵਿਆਲ ਗਰੁੱਪ ਦੀ ਤਰਫੋਂ ਹਾਜ਼ਰ ਤੇ ਆਖਣਾ। ਤਾਂ ਅੱਜ ਦਾ ਸਾਰਾ ਇੱਥਾਂ ਇਕੱਠਾ ਥੀਵਣ ਦਾ ਇੱਕ ਮਕਸਦ ਹੈ, ਉਹ ਮਕਸਦ ਹੈ ਕਿ ਵੀ ਆਪਣੀਆਂ ਪੈਦਾਵਾਰ, ਫੀ ਏਕੜ ਪੈਦਾਵਾਰ ਅਸਾਂ ਕਿਹੜੇ ਤਰੀਕੇ ਨਾਲ ਇੰਪਰੂਵ ਕਰ ਸਕਦੂੰ, ਬਿਹਤਰ ਕਰ ਸਕਦੂੰ। ਜਿਵੇਂ ਤੁਸੀਂ ਦੇਖਦੇ ਪਿਓ ਨਾ, ਗੰਦਮ ਸਾਡੇ ਕੋਲ ਬੰਪਰ ਖਰਾਬ ਥਈ ਹੈ, ਲੇਕਿਨ ਹੁੰਦਾ ਹੀ ਵਕਤ ਮਾਰਕੀਟ 'ਚ ਕੋਈ ਰੇਟ ਕਹਿ ਨਹੀਂ, ਕੋਈ ਵੈਲਿਊ ਕਹਿ ਨਹੀਂ। ਅਗਰ ਹੀ ਗੰਦਮ ਕੋ ਜਿਹੜੀ ਸਾਡੇ ਕੋਲ 30 ਮਣ ਜਾਂ 32 ਮਣ ਪੈਦਾਵਾਰ ਹੈ, ਅਸਾਂ ਹੀ 30-32 ਕੋ ਅਗਰ 40-45 ਤੇ ਗਿਣ ਵਿਜੂ, 40-42 ਦੇ ਉੱਤੇ ਗਿਣ ਵਿਜਣ, ਕੋਈ ਵੱਡਾ ਮਸਲਾ ਕੋਈ ਨਹੀਂ। ਭਲੇ ਰੇਟ 3000 ਵੀ ਖੜ੍ਹਾ ਰਹੇ, ਸਭ ਕੋ ਹੁੰਦਾ ਫਰਕ
ਨਹੀਂ ਪਾਉਣਾ। ਅੱਜ ਦਾ ਸਾਡਾ ਇੱਥਾਂ ਇਕੱਠਾ ਥਿਉਣ ਦਾ ਮਕਸਦ ਇਹੋ ਹੈ ਕਿ ਭਲੇ ਮਾਰਕੀਟ ਕ੍ਰੈਸ਼ ਥੀ ਵੇ, ਭਲੇ ਮਾਰਕੀਟ ਚੀਜ਼ਾਂ ਦਾ ਰੇਟ ਲੱਗੇ ਜਾਂ ਨਾ ਲੱਗੇ, ਅਸਾਂ ਕਿਆ ਕਰੂੰ ਆਪਣੀ ਪੈਦਾਵਾਰ ਕੋ ਔਸਤ ਪੈਦਾਵਾਰ ਕੋ ਇਜ਼ਾਫਾ ਜਮਲੇ ਕਰ ਗਿਨਸੂ, ਸਾਡੇ ਉੱਤੇ ਰੇਟ ਦੇ ਘਟਣ ਦਾ ਜਾਂ ਵਧਣ ਦਾ ਕੋਈ ਫਰਕ ਨਾ ਪੈਦਾ ਦੀ ਸੀ। ਇਵੇਂ ਮੈਂ ਇੱਥੋਂ ਕੁਛ ਥੋੜ੍ਹਾ ਜਿਹਾ ਚਾਵਲ ਦੇ ਬਾਰੇ ਦੱਸੇ ਤਾਂ, ਅਗਰ ਚਾਵਲ ਦਾ ਰੇਟ ਵੀ ਤਕਰੀਬਨ ਇਹ ਖੁਸ਼ ਫਹਿਮੀ 'ਚ ਨਾ ਰਹੇ ਕਿ ਵੀ ਪਿਛਲੇ ਸਾਲ 4000 ਰਹਿ ਗਏ ਤਾਂ ਇਸ ਸਾਲ ਰੇਟ ਵੀ 4000 ਹੋ ਸੀ, ਰੇਟ ਤਕਰੀਬਨ ਆਨ ਐਵਰੇਜ 3500 ਰਹਾ ਸੀ। ਲੇਕਿਨ ਹੁੰਦੇ ਉਵੇ ਕਾਸ਼ਤਕਾਰ ਅੱਛੇ ਰਹੇ ਸਨ ਜਿਹਦੇ ਕੋਲ ਔਸਤ ਐਵਰੇਜ ਪੈਦਾਵਾਰ ਹੈ ਜਿਹੜੀ ਅੱਛੀ ਹੋ ਸੀ, ਅੱਛੀ ਪੈਦਾਵਾਰ ਕਿਹਲੇ ਹੋ ਸੀ, ਕਈ ਕੋਈ ਵੀ ਦੋਸਤ ਦਸਾਉਣ ਚਾਹੇ ਆਪਣੇ ਰਹਿਣ ਦੇ ਮੁਤਾਬਿਕ, ਆਪਣੇ ਖਿਆਲ ਦੇ ਮੁਤਾਬਿਕ ਕੋਈ ਕਾਸ਼ਤਕਾਰ ਦੋਸਤ ਦਸਾਉਣ ਚਾਹੇ ਕਿ ਵੀ ਅੱਛੀ ਪੈਦਾਵਾਰ ਗਿਣਨ ਖਾਤਰ ਸਭ ਤੋਂ ਬੇਸਿਕ ਅਹਿਮ ਸਟੈਪ ਕਿਹੜਾ ਹੈ? ਬੀਜ ਨਸਲ ਬੁਨਿਆਦ, ਸਭ ਤੋਂ ਪਹਿਲੇ ਬੇਸ ਹੁੰਦੀ ਹੈ। ਜਿਵੇਂ ਬੇਸ ਹੀ ਅੱਛੀ ਹੋ ਸੀ ਤਬ ਹੀ ਥੀ ਸੀ ਫਸਲ ਅੱਛੀ, ਅਤੇ ਤਬ ਹੀ ਅੱਛਾ ਆਗਾਜ਼ ਥੀ ਸੀ, ਸਭ ਚੀਜ਼ ਅੱਛੀ ਚੱਲ ਸੀ। ਅਗਰ ਬੀਜ ਅੱਛਾ ਨਾ ਹੋ ਸੀ, ਮਿਆਰ ਹੀ ਨਾ ਹੋ ਸੀ, ਕਦੇ ਹੀ ਫਸਲ ਜਿਤਨਾ ਵੀ ਖਰਚਾ ਕਰੋ, ਜਿਤਨਾ ਵੀ ਪਾਣੀ ਲਾਓ, ਕੋਈ ਪੈਦਾਵਾਰ ਨਹੀਂ ਨਿਮਣੀ। ਲਿਹਾਜ਼ਾ ਅੱਛੀ ਫਸਲ ਚਾਹੁੰਦੋ, ਅੱਛੀ ਐਵਰੇਜ ਚਾਹੁੰਦੋ, ਤਾਂ ਸਭ ਤੋਂ ਪਹਿਲੇ ਕਿਆ ਕਰੋ, ਬੀਜ ਕੋ ਪਕੜ ਗਿਨੋ। ਬੀਜ ਜਿਤਨਾ ਅੱਛਾ ਜਿਤਨਾ ਮਿਆਰੀ ਗਿਨੋ ਸੋ, ਉਤਨਾ ਥੋੜ੍ਹੀ ਅੱਛੀ ਫਸਲ ਦਾ ਆਗਾਜ਼ ਥੀ ਸੀ, ਉਤਨੀ ਅੱਛੀ ਥੋਕੋ ਹੋ ਸੋ, ਤੁਸੀਂ ਭਲੇ ਰੇਟ 3500 ਖੜਾ ਰਹੀ, ਤੁਹਾਨੂੰ ਫਰਕ ਉਹਨਾਂ ਨਾਲ ਨਹੀਂ ਪਾਉਣਾ। ਅੱਛਾ ਗੰਦਮ ਹੈ, ਇੱਕ ਕਾਸ਼ਤਕਾਰ ਕੀ ਚਾਹਤੀ ਹੈ 30 ਮਣ, ਬੇਕਾਸ਼ਤਕਾਰ ਚਾਹਤੀ ਹੈ 40 ਮਣ ਵਿਘਾ। ਰੇਟ ਹੈ ਤਕਰੀਬਨ ਮਾਰਕੀਟ ਹੈ ਹੁਣ 3800, ਕਿਆ 40 ਮਣ ਵਾਲੇ ਕੋ ਕੋਈ ਫਰਕ ਪਾ ਸੀ? ਬਿਲਕੁਲ ਨਹੀਂ ਪਾਉਣਾ, ਕਿਉਂ ਉਹਦੇ ਕੋਲ 10 ਮਣ 15 ਮਣ ਪੈਦਾਵਾਰ ਕਿਆ ਹੈ, ਆਮ ਕਾਸ਼ਤਕਾਰ ਦੀ ਨਿਸਬਤ ਐਕਸਟਰਾ ਹੈ। ਭਲੇ ਰੇਟ ਥੱਲੇ ਆਵੇਂਦੇ, ਉਹਦੀ ਤਾਂ ਆਪਣੀ ਉਹ ਜਿਹੜੀ ਇੱਕ ਸੋਚ ਰੱਖੀ ਬੈਠਾ ਕਿ ਵੀ ਮੈਂ ਇਹੀ ਗੰਦਮ ਦੇ ਵਿੱਚੋਂ ਨਾ ਲੱਖ ਜਾਂ 1.5 ਲੱਖ ਕਮਾਉਣੇ, ਉਹ ਲੱਖ ਜਾਂ 1.5 ਲੱਖ ਕਿਆ ਕਰੇ ਸੀ, ਕਮਾਵੇ ਸੀ। ਲਿਹਾਜ਼ਾ ਕਾਸ਼ਤਕਾਰੀ ਕਰਦੇ ਹੋਏ ਹਮੇਸ਼ਾ ਕਾਸ਼ਤਕਾਰ ਦਾ ਮੁਆਸ਼ੀ ਕਤਲ ਕੀਤਾ ਜਾਂਦਾ, ਹਮੇਸ਼ਾ ਕਾਸ਼ਤਕਾਰ ਨੂੰ ਰੇਟ ਦੇ ਹਵਾਲੇ ਨਾਲ, ਖਾਦੇ ਦੇ ਹਵਾਲੇ ਨਾਲ, ਚੀਜ਼ਾਂ ਦੇ ਹਵਾਲੇ ਨਾਲ, ਕਰਜ਼ੇ ਦੇ ਹਵਾਲੇ ਨਾਲ, ਪਾਣੀ ਦੇ ਹਵਾਲੇ ਨਾਲ, ਹਰ ਹਾਲ ਨਾਲ ਕਾਸ਼ਤਕਾਰ ਨੂੰ ਤੰਗ ਕੀਤਾ ਜਾਂਦਾ, ਹਰ ਹਾਲ ਨਾਲ ਕਾਸ਼ਤਕਾਰ ਤੰਗ ਰਹੇ ਵੇਲੇ ਆਪਣੇ ਚੀਜ਼ਾਂ ਨੂੰ, ਆਪਣੀ ਕਾਸ਼ਤਕਾਰੀ ਨੂੰ ਜਦੀਦ ਬਣਾਉਣ ਖਾਤਰ, ਜਿੱਦਤ ਕਰਨ ਜਿੱਦਤ ਅਪਣਾਉਣ ਖਾਤਰ ਕਿਆ ਕਰੋ, ਆਪਣੇ ਚੀਜ਼ਾਂ ਦੀ ਸਲੈਕਸ਼ਨ, ਆਪਣੀ ਬੀਜਾਂ ਦਾ ਇੰਤਖਾਬ, ਆਪਣੀ ਫਸਲ ਦਾ ਇੰਤਖਾਬ ਪਹਿਲੇ ਕਲੇ ਕਰ ਕਲੇ ਬਹੋ, ਤਾਂ ਕਿ ਇੱਕ ਅੱਛੀ ਅਤੇ ਬਿਹਤਰੀਨ ਪੈਦਾਵਾਰ ਆਵੇ, ਥੋਕੂ ਕਹੀਂ ਦੇ ਉੱਤੇ ਇਨਹਸਾਰ ਨਾ ਕਰਨਾ ਪਵੇ, ਬਲਕਿ ਲੋਕ ਥਾਰੀ ਤਰਫ ਦੇਦਾ ਖੜਾ ਹੋਵੇ, ਯਾਰ ਇਹ ਕਿਤਨਾ ਖੁਸ਼ਹਾਲ ਹੈ। ਇਵੇਂ ਨਾ ਹਰ ਬੰਦਾ ਚਾਹੁੰਦਾ ਖੁਸ਼ਹਾਲੀ ਆਵੇ, ਤਾਂ ਖੁਸ਼ਹਾਲੀ ਕਰ ਲਿਆ ਅਸੀਂ ਜੰਗਲੇ ਅੱਛਾ ਬੀਜ ਬੋਸੋ, ਜੰਗਲੇ ਅੱਛੀ ਚੀਜ਼ ਕਾਸ਼ਤ ਕਰੇ ਸੋ, ਜੰਗਲੇ ਅੱਛੀ ਚੀਜ਼ ਲੈ ਸੋ, ਤਾਂ ਫਸਲ ਅੱਛੀ ਤੁਰਸੀ, ਅੱਛੀ ਔਸਤ ਹੋ ਸੀ, ਤਾਂ ਵੀ ਕਿਆ ਹੋ ਸੀ, ਖੁਸ਼ਹਾਲੀ ਹੋ ਸੀ, ਕਾਸ਼ਤਕਾਰ ਖੁਸ਼ਹਾਲ ਥੀ ਸੀ, ਕਾਸ਼ਤਕਾਰ ਦੀ ਫੈਮਿਲੀ ਖੁਸ਼ਹਾਲ ਥੀ ਸੀ। ਲਿਹਾਜ਼ਾ ਮੈਂ ਤੁਹਾਨੂੰ ਅੱਜ ਚਾਵਲ ਦੇ ਬਾਰੇ ਬੀਜ ਦੇ ਬਾਰੇ ਦੱਸਣਾ ਆ, ਜਿਹਦੀ ਔਸਤ ਪੈਦਾਵਾਰ ਸਾਡੇ ਇਲਾਕੇ 100 ਜਾਂ 120 ਮਣ ਪੈਦਾਵਾਰ ਆਉਂਦੀ ਹੈ, 100 ਜਾਂ 120 ਮਣ ਪੈਦਾਵਾਰ ਆਉਂਦੀ ਹੈ, ਔਰ ਇਹ ਬਿਹਤਰੀਨ ਵਰਾਇਟੀ ਹਨ। ਬਾਕੀ ਵਰਾਇਟੀਆਂ ਤੁਹਾਡੇ ਇਲਾਕੇ 'ਚ ਕਾਸ਼ਤ ਥੀਆਂ ਖੜੀਆਂ ਹੋ ਸਨ, ਉਹਨਾਂ ਦੀ ਪੈਦਾਵਾਰ ਤੁਹਾਡੇ ਕੋਲ 70-80 ਹੀ ਐਵਰੇਜ 'ਚ ਰਹਾ ਸੀ। ਕਾਫੀ ਪੁਰਾਣੀਆਂ ਵਰਾਇਟੀਆਂ ਉਹ ਪੁਰਾਣੀਆਂ ਹੋ ਗਏ, ਨਵੀਂ ਤਰਫ ਆਵਨੀ ਹੋ, ਜਿੱਦਾਂ ਦੀ ਤਰਫ ਆਵਨੀ ਹੋ, ਜਿਤਨਾ ਇੰਪਰੂਵਮੈਂਟ ਕਰੇ ਸੋ, ਜਿਤਨੀ ਅੱਛੀ ਚੀਜ਼ ਦੀ ਤਰਫ ਆਵੇ ਸੋ, ਉਤਨਾ ਕਿਆ ਥੀ ਸੀ, ਤੁਹਾਡਾ ਫਾਇਦਾ ਥੀ ਸੀ। ਲਿਹਾਜ਼ਾ ਫਸਲ ਦੇ ਇੰਤਖਾਬ ਵਿੱਚ ਸਭ ਤੋਂ ਪਹਿਲੇ ਸਭ ਤੋਂ ਅਹਿਮ ਹੈ ਬੀਜ। ਬੀਜ ਕਿੰਝਾ ਹੋਵੇ? ਬੀਜ ਇਹੋ ਜਿਹਾ ਹੋਵੇ ਜਿਹਦਾ ਸਭ ਤੋਂ ਅੱਛਾ ਉਗਾਓ ਹੋਵੇ, ਅਗਲੀ ਖੂਬੀ ਬੀਜ ਇਹੋ ਜਿਹਾ ਹੋਵੇ ਜਿਹੜਾ ਬਿਹਤਰੀਨ ਝਾੜ ਮਾਰਨ ਦੀ ਸਲਾਹੀਅਤ ਰੱਖਦਾ ਹੋਵੇ, ਬੀਜ ਇਹੋ ਜਿਹਾ ਹੋਵੇ ਜਿਹਦੇ ਅੰਦਰ ਖਸ ਨਾ ਹੋਵੇ, ਬੀਜ ਇਹੋ ਜਿਹਾ ਹੋਵੇ ਜਿਹੜਾ ਗਰਮੀ ਸਰਦੀ ਨੂੰ ਬਰਦਾਸ਼ਤ ਕਰੇ, ਬੀਜ ਇਹੋ ਜਿਹਾ ਹੋਵੇ ਜਿਹੜਾ ਬਿਲਕੁਲ
ਨਾ ਢਾਂਗਾ ਹੋਵੇ, ਬੀਜ ਇਹੋ ਜਿਹਾ ਹੋਵੇ ਜਿਹਦੇ ਵਿੱਚ ਬਿਲਕੁਲ ਲੰਬਾ ਅਤੇ ਬਿਹਤਰੀਨ ਭਰਿਆ ਹੋਇਆ ਦਾਣਾ ਹੋਵੇ। ਕਿਆ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਇਹੋ ਜਿਹੇ ਬੀਜ ਦੇ ਬਾਰੇ ਦੱਸਾਂ ਜਿਹਦੇ ਅੰਦਰ ਜਵਾ ਵੀ ਅੱਛਾ ਹੋਵੇ, ਜਿਹਦੇ ਅੰਦਰ ਔਸਤ ਪੈਦਾਵਾਰ ਵੀ ਅੱਛੀ ਹੋਵੇ, ਜਿਹਦਾ ਝਾੜ ਵੀ ਕਿਆ ਹੋਵੇ ਸਭ ਤੋਂ ਅੱਛਾ ਹੋਵੇ, ਅਤੇ ਜਿਹੜਾ ਬਿਹਤਰੀਨ ਪੈਦਾਵਾਰ ਦਿੰਦਾ ਹੋਵੇ। ਉਹ ਸਾਰੇ ਕਲੇ ਅਨੋਵਾ 196 ਅਤੇ ਅਨੋਵਾ 052 ਵਰਾਇਟੀਆਂ ਹਨ। ਇਹਨਾਂ ਵਰਾਇਟੀਆਂ ਦੇ ਅੰਦਰ ਜਿਤਨਾ ਪੋਟੈਂਸ਼ਲ ਹੈ, ਜਿਤਨਾ ਪੈਦਾਵਾਰ ਹੈ, ਉਹ ਤੁਸੀਂ ਜੋ ਕਾਫੀ ਸਾਰੇ ਕਾਸ਼ਤਕਾਰ ਪਹਿਲੇ ਇੱਕ ਦੋ ਕਾਸ਼ਤਕਾਰ ਇੱਥੇ ਤੁਹਾਡੇ ਇਲਾਕੇ 'ਚ ਕਾਸ਼ਤ ਕਰ ਗਏ, ਮੈਂ ਉਹਨਾਂ ਦਾ ਥੋਕੂ ਦੱਸੀ ਜੁੜਾਂ। ਦਿਲਾਵਰ ਖਾਂ ਜਲਵਾਣੀਆਂ, ਉਹਨਾਂ ਦੀ ਔਸਤ ਪੈਦਾਵਾਰ ਪਿਛਲੇ ਸਾਲ ਉਹਨੇ ਪਹਿਲੀ ਦਫ਼ਾ ਚਾਵਲ ਕਾਸ਼ਤ ਕੀਤੇ 120 ਮਣ ਹੈਗੇ। ਕਿਤਨਾ ਸਹੀ, 120 ਮਣ, ਥੋੜ੍ਹੀ ਪੈਦਾਵਾਰ ਨਹੀਂ ਚਾਵਲ ਦੇ ਲਿਹਾਜ਼ ਨਾਲ, ਇਹ ਕਰ ਦੇ ਬਹੁਤ ਅੱਛੀ ਪੈਦਾਵਾਰ ਹੈ। ਅਗਰ ਥੋੜ੍ਹਾ ਜਿਹਾ ਇਹਦੇ ਉੱਤੇ ਮਜ਼ੀਦ ਖਰਚਾ ਕਰਕੇ ਨਾ ਤੁਸੀਂ 130 ਮਣ ਵੀ ਗੇਮ ਸਕਦੋ। ਲਿਹਾਜ਼ਾ ਬੀਜ ਦੇ ਇੰਤਖਾਬ ਵਿੱਚ, ਬੀਜ ਦੀ ਸਲੈਕਸ਼ਨ ਵਿੱਚ ਕਹੀਂ ਵੀ ਕਾਸ਼ਤਕਾਰ ਦੀ ਗੱਲ ਦੇ ਉੱਤੇ, ਕਹੀਂ ਵੀ ਦੁਕਾਨਦਾਰ ਦੀ ਗੱਲ ਦੇ ਉੱਤੇ ਬਿਲਕੁਲ ਨਹੀਂ ਗੱਲ ਕਰਨੀ। ਆਪਣੀ ਮਰਜ਼ੀ ਦਾ ਅੱਛਾ ਬਿਹਤਰੀਨ ਮਿਆਰੀ ਬੀਜ ਇੰਤਖਾਬ ਕਰਨਾ। ਜਿਵੇਂ ਅੱਛਾ ਅਤੇ ਮਿਆਰੀ ਬੀਜ ਦਾ ਇੰਤਖਾਬ ਕਰ ਗਿਨਸੋ, ਅੱਧੀ ਫਸਲ ਦਾ ਤੁਸੀਂ ਆਪਣਾ ਸਮਝੋ ਕੰਮ ਕਰ ਦਿੱਤਾ। ਅਤੇ ਚਾਵਲ ਕੋ ਥੋੜ੍ਹਾ ਜਿਹਾ ਰਹਾਉਣ ਦਾ ਤਰੀਕਾ ਵੀ ਮੈਂ ਥੋੜ੍ਹਾ ਸੀ ਡਿਵੀਆਂ, ਕਿਉਂਕਿ ਇੱਥਾਂ ਚਾਵਲ ਪਹਿਲੇ ਕਹਿ ਨਹੀਂ ਕਾਸ਼ਤ ਦਿੰਦਾ। ਇੱਕ ਸਭ ਤੋਂ ਪਹਿਲੇ ਇਹਨਾਂ ਕਿਆ ਕਰਨੇ, 20-24 ਘੰਟੇ ਪੁਸਾ ਗਿਣੇ, ਪੁਸਾਵਣ ਦੇ ਬਾਅਦ ਇੱਕ ਘੰਟਾ ਨੂੰ ਘੰਟਾ ਕਈ ਛਾਂ ਦੇ ਤਲੇ ਰੱਖ ਤੇ ਉੱਤੇ ਕੱਪੜਾ ਸੱਟ ਤੇ ਜਾਂ ਗੂਨੀ ਸੱਟ ਤੇ ਰੱਖ ਦੇਣੇ, ਤਾਂ ਕਿ ਇਹਦੇ ਅੰਦਰ ਉਹ ਅੱਛੀ ਤਰੀਕੇ ਨਾਲ ਪਾਣੀ ਨਿਕਲ ਵੀ ਨੇ। ਇਹਦੇ ਅੰਦਰ ਜਿਹੜਾ ਜਵਾ ਹੈ ਡੋਥੇ ਉਹ ਤਕਰੀਬਨ ਮੁਕੰਮਲ ਤੀ ਆਵੇ। ਉਹਦੇ ਬਾਅਦ 5 ਮਰਲੇ ਦੀ ਇੱਕ ਕਿਆਰੀ ਬਣਾ ਤੇ ਹੁਣ 5 ਮਰਲੇ ਦੇ ਅੰਦਰ ਇੱਕ ਛੱਟਾ ਕਰ ਦਿਓ। ਛੱਟਾ ਪਾਣੀਆਂ 'ਚ ਵੀ ਥੀ ਸਕਦੇ, ਕਿਆਰੀ ਪਾਣੀ ਨਾਲ ਭਰੀ ਖੜੀ ਹੋਵੇ, ਜਾਂ ਪਹਿਲੇ ਛੱਟਾ ਕਰਦੇ ਉੱਤੇ ਹਲਕਾ ਜਾਂ ਪੰਜਾ ਵੀ ਫੇਰ ਸਕਦੋ, ਹਲਕੀ ਜਿਹੀ ਰੇਤ ਵੀ ਸੱਟ ਸਕਦੋ, ਅਤੇ ਥੋੜ੍ਹੀ ਜਿਹੀ ਅਗਰ ਕੋਈ ਕਾਸ਼ਤਕਾਰ ਦੋਸਤ ਕੇਰੀ ਵਗੈਰਾ ਸੱਟਣ ਚਾਹੇ ਉਹ ਵੀ ਸੱਟ ਸਕਦੇ ਨੇ। ਜਦਕਿ ਬੀਜੇ ਦੇ ਅੰਦਰ ਆਹਲ ਨਹੀਂ ਪਾਉਣੀ, ਆਹਲ ਦਾ ਕੋਈ ਕਿਰਦਾਰ ਕਹਿਣੀ, ਆਹਲ ਦੇ ਨਾਲ ਗੋਬਰ ਦੇ ਨਾਲ ਬੀਜੇ ਦਾ ਨੁਕਸਾਨ ਥੀ ਵੇ, ਬਿਲਕੁਲ ਹੀ ਬੀਜੇ ਦੇ ਵਿੱਚ ਗੋਬਰ ਇਸਤੇਮਾਲ ਨਹੀਂ ਕਰਨੀ। ਅਤੇ ਇਹਨਾਂ ਬਿਹਤਰੀਨ ਚਾਵਲ ਦਾ ਵਕਤ ਹੈ ਕਾਸ਼ਤ, ਤਕਰੀਬਨ ਮਹਿਕਮੇ ਦੀ ਤਰਫੋਂ ਜਾਂ ਕੰਪਨੀਆਂ ਦੀ ਤਰਫੋਂ ਰਿਕਮੈਂਡੇਸ਼ਨ ਹੈ ਕਿ ਵੀ 20 ਮਈ ਕਲੇ 20 ਜੂਨ ਤੱਕ ਬੀਜੇ ਦੀ ਕਾਸ਼ਤ ਹੈ ਜਿਹੜੀ ਮੁਕੰਮਲ ਕਰੋ। ਲੇਕਿਨ ਤੁਸੀਂ ਅਗਰ ਦਾਲ ਹੀ ਪਹਿਲੇ ਕਾਸ਼ਤ ਕਰ ਗਿਨੋ ਉਹਦੇ 'ਚ ਵੀ ਕੋਈ ਹਰਜ ਕਹਿ ਨਹੀਂ, ਠੀਕ ਹੈ। ਇਹ ਕਿਆ ਹੈ, ਮਰਲਾ ਹੈ ਤਕਰੀਬਨ ਚਾਵਲ ਦੇ ਬੀਜੇ ਰਹਾਵਣ ਦਾ। ਹੁਣ ਤਕਰੀਬਨ ਜਿਵੇਂ ਮਈ ਲੱਗ ਹੈ ਨਾ, ਮਈ ਦੇ ਅੰਦਰ ਅੰਦਰ ਕੋਸ਼ਿਸ਼ ਕਰੋ ਤੁਸੀਂ ਆਪਣਾ ਬੀਜਾ ਕਾਸ਼ਤ ਕਰ ਗਿਨੋ, ਔਰ ਹੀਕੂ 20-25 ਦਿਮਾਰ ਦੇ ਅੰਦਰ ਅੰਦਰ ਲਾਜ਼ਮੀ ਤਿਆਰ ਕਰੇ। ਸੋ ਕਿਵੇਂ ਤਿਆਰ ਥੀ ਸੀ ਥੋੜ੍ਹਾ ਜਿਹਾ ਉਹ ਵੀ ਮੈਂ ਥੋੜ੍ਹਾ ਦੱਸੀ ਵੀ ਨਾ। ਜਿਵੇਂ ਤਕਰੀਬਨ ਜਵਾ ਮੁਕੰਮਲ ਕਰ ਵੀ ਗੇ, 10 ਦਿਮਾਰ ਜਾਂ 12 ਦਿਮਾਰ ਦਾ ਥੀ ਵੀ ਨੇ, 2.5 ਕਿਲੋ DAP ਜਾਂ ਨੈਟਰੋਫਾਸ ਹੁੰਦੇ ਇਕੱਠੇ, ਇੱਕ ਬੈਗ ਫਿਡੈਕਸ, ਸੋਰੀ ਬੈਗ ਨਾ, ਤਕਰੀਬਨ 2 ਜਾਂ 2.5 ਕਿਲੋ ਫਿਡੈਕਸ ਪਾ ਦੇ ਸੋ ਪਹਿਲੀ ਖਾਦ ਦੇ ਤੌਰ 'ਤੇ। 4-5 ਦਿਮਾਰ ਦੇ ਵਕਫੇ ਦੇ ਉੱਤੇ ਸੇਮ ਹੋਏ 5 ਮਰਲੇ 2 ਜਾਂ 2.5 ਕਿਲੋ ਯੂਰੀਆ, ਅਤੇ ਉਹਦੇ ਨਾਲ ਕਿਆ ਪੈਸੋ ਇੰਪੈਕਟ ਚਿਲੇਟਡ ਜ਼ਿੰਕ ਇੱਕ ਪ੍ਰੋਡਕਟ ਸਾਰੇ ਕੋਲ ਇੰਪੈਕਟ ਦੇ ਨਾਂ ਦੇ ਉੱਤੋਂ ਇੰਪੈਕਟ ਕਹਿੰਦੇ ਚਾਫੀ ਅੱਛਾ ਇੰਪੈਕਟ ਇੱਕ ਪ੍ਰੋਡਕਟ ਚਿਲੇਟਡ ਜ਼ਿੰਕ ਉਹ ਪਾ ਦੇ ਸੋ। ਉਹਦੇ ਬਾਅਦ ਜੈਮਲੇ ਉਹ 20-22 ਦਿਮਾਰ ਦਾ ਥੀ ਆਵੇ, ਇੱਕ ਸਪਰੇ ਹੁੱਕ ਦਾ ਅਮਾਈਨੋ ਐਸਿਡ ਦਾ ਕਰ ਗਿਨਸੋ, ਉਹ ਬਿਲਕੁਲ 5ਵੀਂ ਦਿਮਾਰ ਇੱਥੇ ਹੀ ਵੇ ਸੀ। ਜਿਤਨਾ ਕੱਚਾ ਬੀਜਾ ਸ਼ਿਫਟ ਕਰੇ ਸੋ ਉਹ ਖੇਤ 'ਚ ਬਣਤੇ ਉਤਨੀ ਅੱਛੀ ਝਾੜ ਬਣੇ ਸੀ ਅਤੇ ਉਤਨੀ ਅੱਛੀ ਔਸਤ ਪੈਦਾਵਾਰ ਦੇ ਸੀ। ਹੁਣ ਕਈ ਦੋਸਤ ਦਾ ਕੋਈ ਸਵਾਲ ਹੋਵੇ ਚਾਵਲ ਦੇ ਬਾਰੇ, ਕਈ ਵੀ ਡਿਸਕਸ਼ਨ ਦੇ ਹਵਾਲੇ ਨਾਲ ਉਹ ਕਰ ਗਿਨੋ। ਮੈਂ ਆਪਣੀ ਤਕਰੀਰ ਕੋਈ ਜਿਹੀ ਇਖਤਤਾਮ ਕਰਨਾ ਪਿਆ, ਤਮਾਮ ਦੋਸਤਾਂ ਦਾ ਇੱਕ ਦਫ਼ਾ ਟਾਈਮ ਲੈਣ ਦਾ ਬਹੁਤ ਬਹੁਤ ਸ਼ੁਕਰੀਆ।